ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਛਾਬੜੀ ਜੀ, ਰੱਬ ਇੱਕ ਜੈ ਸਾਈਂ ਜੀ 786 ਐਸ ਏ ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਜੇ ਚੈਨਲ 'ਤੇ ਤੁਸੀਂ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈੱਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਆ ਮਿਲਦੀ ਰਹੇ। ਬਾਬਾ ਸਾਈਂ ਹੁਰੀ ਫਰਮਾਉਂਦੇ ਸੀ ਕਿ ਕਾਕਾ ਆਪਣੀ ਸੋਚ ਨੂੰ ਸੰਭਾਲ ਕੇ ਚੱਲੋ। ਤੇਰਾ ਗੌਰ ਫਰਮਾਉਣਾ ਕਿ ਸੋਚ ਨੂੰ ਸੰਭਾਲ ਕੇ ਚੱਲਣਾ, ਕਿਉਂਕਿ ਸਾਈਂ ਲੋਕ ਇਹ ਵੀ ਫਰਮਾਉਂਦੇ ਹੈ ਕਿ ਜਦੋਂ ਇਨਸਾਨ ਕਿਸੇ ਬਾਰੇ ਬੁਰਾ ਸੋਚਦਾ ਤਾਂ ਉਹ ਸਿਰਫ ਬੁਰਾ ਸੋਚਦਾ ਹੀ ਨਹੀਂ ਹੈ, ਸਮਝ ਲੈਣਾ ਕਿ ਬੁਰਾ ਸੋਚਿਆ ਹੀ ਨਹੀਂ, ਤੁਸੀਂ ਬੁਰਾ ਕਰ ਦਿੱਤਾ ਹੈ। ਇਹ ਗੱਲ ਬੜੀ ਗੌਰ ਕਰਨ ਵਾਲੀ ਹੈ ਬਾਬਾ ਜੀ, ਸੱਚ ਹੈ। ਗੁਰੂਆਂ ਰਹਿਬਰਾਂ ਨੇ ਫਰਮਾਇਆ ਕਿ ਪਾਪ ਪੁੰਨ ਦੋਵੇਂ ਇੱਕ ਹੀ ਸਮਾਨ ਨੇ, ਸੋਚਣ ਵਾਲੀ ਗੱਲ ਹੈ ਬਾਬਾ ਜੀ। ਹੁਣ ਜ਼ਰਾ ਗੌਰ ਕਰੋ ਕਿ ਆਖਿਰ ਇੱਕ ਇਨਸਾਨ ਪਾਪ ਕਰਦਾ ਕਿਉਂ ਹੈ? ਤਾਂ ਸਾਈਂ ਲੋਕ ਫਰਮਾਉਂਦੇ ਆ ਕਿ ਇਨਸਾਨ ਪਾਪ ਜਦੋਂ ਵੀ ਕਰੇਗਾ ਨਾ ਸਮਝੀ ਵਿੱਚ ਕਰੇਗਾ, ਬੇਹੋਸ਼ੀ ਵਿੱਚ ਕਰੇਗਾ, ਕਿਉਂਕਿ ਸਾਈਂ ਲੋਕ ਫਰਮਾਉਂਦੇ ਆ ਕਿ ਜਦੋਂ ਤੱਕ ਸੁਰਤੀ ਉਸ ਖੁਦਾ ਵਿੱਚ ਨਹੀਂ ਲੱਗਦੀ, ਉਸ ਪਰਮਾਤਮਾ, ਉਸ ਪ੍ਰਭੂ, ਉਸ ਈਸ਼ਵਰ, ਅੱਲਾ, ਰਾਮ, ਵਾਹਿਗੁਰੂ ਉਹਦੇ ਵਿੱਚ ਨਹੀਂ ਜੁੜਦੀ ਜਦ ਤੱਕ, ਤਾਂ ਉਦੋਂ ਤੱਕ ਹਰ ਇਨਸਾਨ ਬੇਹੋਸ਼ ਹੈ, ਬੇਹੋਸ਼ੀ ਦੀ ਹੀ ਜ਼ਿੰਦਗੀ ਜੀ ਰਿਹਾ। ਅਤੇ ਜਿਸ ਨੂੰ ਹੋਸ਼ ਆ ਗਈ ਉਹਦਾ ਰੰਗ ਹੀ ਹੋਰ ਹੋ ਜਾਂਦਾ। ਜ਼ਰਾ ਗੌਰ ਫਰਮਾਓ, ਹੁਣ ਜ਼ਰਾ ਗੌਰ ਕਰੋ ਕਿ ਪਾਪ ਹੈ ਕੀ ਹੈ? ਤਾਂ ਜ਼ਰਾ ਗੌਰ ਕਰਨਾ, ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਨੇ ਫਰਮਾਇਆ ਹੈ ਕਿ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਸੋਚਣਾ ਹੀ ਪਾਪ ਹੈ, ਬਸ ਇਹੀ ਪਾਪ ਹੈ ਕਹਿੰਦੇ। ਕਿਸੇ ਨੂੰ ਵੀ ਚੋਟ ਪਹੁੰਚਾਉਣ ਦਾ ਸੋਚਣਾ, ਚਾਹੇ ਉਹ ਚੋਟ ਜਾਣ ਵੱਲੋਂ ਹੋਵੇ, ਚਾਹੇ ਉਹ ਸੱਟ ਮਾਲੋ ਦੌਲਤ ਦੀ ਹੋਵੇ, ਚਾਹੇ ਉਹ ਸੱਟ ਇੱਜ਼ਤ ਆਬਰੂ ਦੀ ਹੋਵੇ, ਕੋਈ ਵੀ ਸੱਟ, ਜ਼ਰਾ ਗੌਰ ਕਰ ਲੈਣਾ ਕਿ ਇਹ ਉਹ ਪਾਪ ਨੇ ਜੋ ਇਨਸਾਨ ਬੇਹੋਸ਼ੀ ਵਿੱਚ ਕਰਦਾ, ਅਗਿਆਨਤਾ ਵਿੱਚ ਕਰਦਾ। ਇਸ ਗੱਲ 'ਤੇ ਗੌਰ ਕਰਨਾ ਕਿ ਜੇਕਰ ਕੋਈ ਕਹਿ ਦੇਵੇ ਕਿ ਮੈਂ ਖਤਰੇ ਵਿੱਚ, ਤਾਂ ਇਨਸਾਨ ਨੂੰ ਖਤਰਾ ਵੀ ਤਿੰਨਾਂ ਚੀਜ਼ਾਂ ਦਾ ਹੈ ਬਾਬਾ। ਕਿਹੜੀਆਂ ਕਿਹੜੀਆਂ ਚੀਜ਼ਾਂ ਦਾ? ਤਿੰਨ ਜਗ੍ਹਾ 'ਤੇ ਹੀ ਹੁੰਦਾ ਹੈ, ਜਾਨ ਨੂੰ ਖਤਰਾ, ਮਾਲੋ ਦੌਲਤ ਨੂੰ ਖਤਰਾ, ਇੱਜ਼ਤ ਆਬਰੂ ਦਾ ਖਤਰਾ। ਹੁਣ ਇਹ ਵੀ ਗੱਲ ਹੈ ਕਿ ਇਹ ਸਭ ਤੋਂ ਵੱਡੇ ਪਾਪ ਹੈ। ਇਹ ਜੇਕਰ ਕੋਈ ਐਸਾ ਸੋਚ ਲਵੇ ਕਿ ਮੈਂ ਇਸ ਬੰਦੇ ਦੀ ਜਾਨ ਲੈਣੀ ਹੈ, ਜਾਂ ਕੋਈ ਕਹੇ ਕਿ ਮੈਂ ਚੋਰੀ ਕਰ ਲਵਾਂ, ਇਹਦਾ ਧਨ ਦੌਲਤ ਆਪਣੇ ਵੱਲ ਨੂੰ ਖਿੱਚ ਲਵਾਂ, ਜਾਂ ਇਨਸਾਨ ਦਾ ਧਨ ਖੋਹ ਲਵਾਂ, ਜਾਂ ਕੋਈ ਕਹੇ ਕਿ ਮੈਂ ਇਸ ਦੀ ਇੱਜ਼ਤ ਆਬਰੂ ਲੁੱਟਣੀ ਹੈ, ਇਹ ਕਰਮ ਕਰਨੇ ਤਾਂ ਦੂਰ ਦੀ ਗੱਲ ਹੈ ਬਾਬਾ ਜੀ, ਇਹ ਸੋਚ ਲੈਣਾ ਵੀ ਪਾਪ ਹੈ, ਇਹ ਸੋਚ ਲੈਣਾ ਵੀ ਪਾਪ ਹੈ। ਬਸ ਜੇਕਰ ਤੁਸੀਂ ਸੋਚਿਆ ਤਾਂ ਸਮਝ ਲਓ ਪਾਪ ਹੋ ਗਿਆ। ਅਤੇ ਜੇਕਰ ਇਹੋ ਜਿਹਾ ਕੁਛ ਕਰ ਦਿੱਤਾ, ਕਿਹਾ ਜਾਂਦਾ ਕਿ ਸੋਚਣਾ ਪਾਪ ਹੈ, ਅਤੇ ਜੇ ਇਹੋ ਜਿਹਾ ਕਰਮ ਕੋਈ ਕਰ ਹੀ ਦਿੱਤਾ, ਮੂਰਖਤਾ ਹੀ ਤਾਂ ਹੈ ਹੀ ਹੈ, ਪਰ ਪਾਪ ਨਹੀਂ ਉਹ ਗੁਨਾਹ ਬਣ ਗਿਆ, ਅਣਜਾਣੇ ਵਿੱਚ ਕੀਤੀ ਹੋਈ ਗਲਤੀ ਦੀ ਮਾਫ਼ੀ ਹੁੰਦੀ ਹੈ। ਜ਼ਰਾ ਗੌਰ ਫਰਮਾਉਣਾ, ਗੁਨਾਹਾਂ ਦੀ ਮਾਫ਼ੀ ਨਹੀਂ ਹੁੰਦੀ ਬਾਬਾ ਜੀ। ਹੁਣ ਜਦੋਂ ਤੱਕ ਇਨਸਾਨ ਸੋਚਦਾ ਹੈ ਤਾਂ ਦੁਨੀਆਂ ਨੂੰ ਪਤਾ ਨਹੀਂ ਲੱਗਦਾ, ਹੈ ਨਾ, ਪਾਪ ਦਾ ਪਤਾ ਨਹੀਂ ਲੱਗਦਾ, ਸੋਚ ਰਿਹਾ ਹੈ ਨਾ ਜੇ ਅੰਦਰ ਕੀ ਚੱਲ ਰਿਹਾ, ਕਿਸੇ ਨੂੰ ਥੋੜ੍ਹੀ ਪਤਾ ਲੱਗਣਾ। ਪਰ ਜਦੋਂ ਇਹੋ ਜਿਹਾ ਕੋਈ ਕਰਮ ਕਰਦਾ ਹੈ ਤਾਂ ਉਹ ਗੁਨਾਹ ਹੋ ਜਾਂਦਾ ਹੈ, ਔਰ ਗੁਨਾਹ ਕਾਨੂੰਨ ਦੀ ਫੜ ਵਿੱਚ ਵੀ ਆਉਂਦਾ ਹੈ, ਦੁਨੀਆਂ ਨੂੰ ਵੀ ਪਤਾ ਲੱਗ ਜਾਂਦਾ।
ਹੁਣ ਸਾਈਂ ਲੋਕ ਫਰਮਾਉਂਦੇ ਆ ਕਿ ਪਾਪ ਕਰਮ ਜੋ ਹੈ ਕਿਸੇ ਬਾਰੇ ਮਾੜਾ ਸੋਚਣਾ ਇਹ ਇਨਸਾਨ ਕਿਤੇ ਵੀ ਕਰ ਸਕਦਾ, ਕਿਉਂਕਿ ਇਹ ਤਾਂ ਇਨਸਾਨ ਬਾਬਾ ਜੀ ਆਪਾਂ ਕਈ ਵਾਰੀ ਸੁਣਿਆ, ਕਿਸੇ ਫਕੀਰ ਦੇ ਦਰ 'ਤੇ ਬੈਠੇ ਹੋਣਗੇ, ਗੁਰੂਆਂ ਰਹਿਬਰਾਂ ਦੇ ਦਰ 'ਤੇ ਬੈਠੇ ਹੋਣਗੇ ਕਿ ਮਹਾਰਾਜ ਉਹਦਾ ਮਾੜਾ ਹੋ ਜਾਵੇ, ਦਿਲ 'ਚ ਧਾਰ ਕੇ ਬੈਠਾ ਹੈ ਕੋਈ ਉਹਦਾ ਮਾੜਾ ਹੋ ਜਾਵੇ, ਇੰਜ ਹੋ ਜਾਵੇ, ਉਂਜ ਹੋ ਜਾਵੇ। ਤਾਂ ਇੱਕ ਗੱਲ ਯਾਦ ਰੱਖਣਾ ਕਿ ਪਾਪ ਜਿਹੜਾ ਹੈ ਇਹ ਦੁੱਖਾਂ ਦਾ ਕਹਿੰਦੇ ਬੀਜ ਹੈ। ਸੋਚਣਾ ਹੀ ਇਹ ਗੱਲ ਕਿਸੇ ਦੇ ਬਾਰੇ ਗਲਤ ਸੋਚਣਾ ਹੀ ਕਿ ਉਹ ਜਾਣ ਤੋਂ, ਇੱਜ਼ਤ ਆਬਰੂ ਤੋਂ ਜਾਂ ਮਾਲੋ ਦੌਲਤ ਤੋਂ ਉਹਨੂੰ ਸੱਟ ਪਹੁੰਚਾਉਣਾ, ਸੋਚਣਾ ਹੀ ਸਿਰਫ, ਕਰਨਾ ਤਾਂ ਦੂਰ ਦੀ, ਸੋਚਣਾ ਹੀ ਕਹਿੰਦੇ ਇਹ ਦੁੱਖਾਂ ਦਾ ਇੱਕ ਬੀਜ ਤੁਸੀਂ ਬੋਲਿਆ। ਤੇ ਦੁੱਖਾਂ ਦਾ ਬੀਜ ਜੇ ਲੱਗ ਗਿਆ ਹੈ ਤਾਂ ਬਾਬਾ ਜੀ ਬੂਟਾ ਵੀ ਬਣਨਾ ਹੀ ਹੈ, ਬੂਟਾ ਵੀ ਬਣਨਾ। ਹੁਣ ਕਈ ਲੋਕ ਕਹਿਣਗੇ ਕਿ ਜੇ ਪਾਪ ਹੋ ਗਿਆ ਹੈ ਤਾਂ ਉਹਨੂੰ ਮਿਟਾਉਣ ਵਾਸਤੇ ਪੁੰਨ ਕਰ ਲੈ, ਹੈ ਨਾ, ਉਹਨੂੰ ਮਿਟਾਉਣ ਵਾਸਤੇ ਪੁੰਨ ਕਰ ਲਓ। ਪਾਪ ਕਿੱਦਾਂ ਮਿਟੇਗਾ? ਪਾਪ ਨੂੰ ਮਿਟਾਉਣਾ ਹੈ ਤਾਂ ਕਹਿੰਦੇ ਕਿ ਕਿਸੇ ਨੂੰ ਸੱਟ ਪਹੁੰਚਾਉਣ ਦਾ ਸੋਚਿਆ ਹੈ, ਪਾਪ ਹੈ, ਅਤੇ ਇਹ ਸੋਚ ਲੈ ਵੀ ਮੈਂ ਕਿਸੇ ਦਾ ਭਲਾ ਕਰਨਾ, ਅਤੇ ਜੇ ਕਿਸੇ ਦਾ ਮਾਣ ਸਨਮਾਨ ਖੋਹਣ ਦਾ ਸੋਚਿਆ ਤਾਂ ਇਹ ਕਿਸੇ ਨੂੰ ਮਾਣ ਸਨਮਾਨ ਦੇ ਦਿਓ, ਕਿਸੇ ਨੂੰ ਰਵਾਉਣ ਦਾ ਸੋਚਿਆ ਹੈ ਤਾਂ ਉਹਨੂੰ ਹਸਾ ਦਿਓ। ਤਾਂ ਹੁਣ ਕਈ ਐਸਾ ਸੋਚਦੇ ਹੈ ਕਿ ਬੁਰਾ ਹੋ ਗਿਆ ਹੈ ਤਾਂ ਭਲਾ ਕਰ ਦਿਓ ਤਾਂ ਉਹ ਬੁਰਾਈ ਕੱਟੀ ਜਾਏਗੀ ਜਾਂ ਉਹ ਅੱਗੇ ਆ ਜਾਏਗੀ। ਪਰ ਕਈ ਸੰਤਾਂ ਲੋਕਾਂ ਨੇ ਫਰਮਾਇਆ ਹੈ, ਸਾਈਂ ਲੋਕਾਂ ਨੇ ਫਰਮਾਇਆ ਹੈ ਕਿ ਜੋ ਮਰਜ਼ੀ ਕਰ ਲੈ, ਭਾਵੇਂ ਰੋਂਦੇ ਨੂੰ ਹਸਾ ਲੈ, ਭਾਵੇਂ ਕਿਸੇ ਦੁਖੀ ਨੂੰ ਸੁਖੀ ਕਰ ਲੈ, ਜੋ ਮਰਜ਼ੀ ਕਰ ਲੈ, ਇਹ ਨਹੀਂ ਕੱਟਿਆ ਜਾਂਦਾ, ਕਿਉਂਕਿ ਜੋ ਹੋ ਗਿਆ ਹੈ ਉਹ ਹੋ ਗਿਆ, ਤੀਰ ਕਮਾਨ ਤੋਂ ਨਿਕਲ ਚੁੱਕਾ ਹੈ, ਵਾਪਸ ਨਹੀਂ ਮੁੜਦਾ ਬਾਬਾ ਜੀ। ਅਤੇ ਜੇ ਕੋਈ ਕਹੇ ਕਿ ਮੈਂ ਪੁੰਨ ਕਰਦਿਆਂ ਵੀ ਸੁਖੀ ਹਾਂ ਤਾਂ ਉਹ ਵੀ ਗਲਤ ਹੈ। ਜੇ ਕੋਈ ਕਹੇ ਕਿ ਮੈਂ ਪੁੰਨ ਕਰਦਾ ਹਾਂ ਅਤੇ ਮੈਂ ਸੁਖੀ ਹਾਂ, ਸਾਈਂ ਲੋਕ ਫਰਮਾਉਂਦੇ ਉਹ ਵੀ ਗਲਤ ਹੈ, ਕਿਉਂਕਿ ਸਾਰਾ ਸੰਸਾਰ ਹੀ ਦੁਖੀ ਆ। ਐਵੇਂ ਤਾਂ ਨਹੀਂ ਕਿਹਾ ਗੁਰੂਆਂ ਨੇ ਵੀ ਕਿ ਨਾਨਕ ਦੁਖੀ ਆ ਸਭ ਸੰਸਾਰ। ਹੁਣ ਇੱਥੇ ਬੰਦਾ ਕਹੇ ਕਿ ਫਿਰ ਕੀ ਕਰ ਸਕਦੇ ਹਾਂ, ਤਾਂ ਇੱਥੇ ਵੀ ਸਾਈਂ ਲੋਕ ਫਰਮਾਉਂਦੇ ਕਿ ਇਸ ਤੋਂ ਬਚ ਸਕਦੇ ਹਾਂ। ਤਾਂ ਉਹਨਾਂ ਕਿਹਾ ਕਿ ਮਨ ਨੂੰ ਉਸ ਖੁਦਾ ਨਾਲ ਜੋੜ, ਉਸ ਰੱਬ ਨਾਲ ਜੋੜ ਕੇ, ਉਹਦੇ ਚਰਨਾਂ 'ਚ ਭੇਂਟ ਕਰਕੇ। ਜਦੋਂ ਮਨ ਹੀ ਚਰਨਾਂ 'ਚ ਹੋ ਗਿਆ ਉਹਦੇ, ਫਿਰ ਸਾਰਾ ਕੁਛ ਉਹਦੇ ਹਵਾਲੇ ਹੀ ਹੈ। ਉਸਦਾ ਨਾਮ ਜਪ ਕਰਕੇ, ਉਸਦੇ ਅੱਗੇ ਬੇਨਤੀ ਕਰਕੇ, ਮਹਾਰਾਜ, ਪ੍ਰਭੂ, ਈਸ਼ਵਰ, ਰੱਬ ਜੀ, ਦਾਤਾ ਜੀ, ਮੇਰੇ ਸਿਰ ਦੇ ਸਾਈਆਂ, ਮੇਰੇ ਗੁਨਾਹ ਬਖਸ਼ ਦੇ। ਕਿਉਂਕਿ ਗੁਨਾਹਗਾਰ ਹਰ ਕੋਈ ਹੈ, ਉਰੇ ਪਾਪ ਇੱਕ ਰੋਗ ਹੈ ਜੋ ਸਭ ਨੂੰ ਹੈ। ਹਰ ਇੱਕ ਨੇ ਕਦੇ ਨਾ ਕਦੇ ਪਾਪ ਕੀਤਾ, ਬੀਜ ਤਾਂ ਲੱਗ ਗਿਆ, ਪਰ ਜੇ ਇਨਸਾਨ ਗੁਰੂਆਂ ਰਹਿਬਰਾਂ ਦੀ ਸੁਣੇ ਤਾਂ ਪਰਮਾਤਮਾ ਦੇ ਨਾਮ ਨਾਲ ਇਸ ਬੀਜ ਨੂੰ ਪੌਦਾ ਬਣਨ ਤੋਂ ਰੋਕਿਆ ਜਾ ਸਕਦਾ ਹੈ। ਹੁਣ ਉਹਦੇ ਨਾਲ ਜੋੜਨਾ ਕਿੱਦਾਂ ਹੈ, ਕਿੱਦਾਂ ਜੁੜਦਾ ਬੰਦਾ, ਇਹ ਗੁਰੂ, ਮੁਰਸ਼ਦ, ਰਹਿਬਰ, ਪੀਰ, ਫਕੀਰ ਸਮਝਾਉਂਦੇ ਆ। ਬਾਬਾ ਜੀ ਕਹਿੰਦੇ ਆ ਕਿ ਮੁਰਸ਼ਦ ਬਾਹਰੋਂ ਅੰਦਰੋਂ ਸਫਾਈ ਕਰ ਦੇਵੇ, ਸਾਬਣ ਲਾ ਕੇ ਧੋਵੇ ਤੇਰੀ ਮੈਲ ਨੂੰ। ਚਾਦਰ ਮੈਲੀ ਹੈ ਕਹਿੰਦੇ, ਪਰ ਜਦੋਂ ਯਾਰ ਦੇ ਵਿਹੜੇ ਜਾਣ ਲੱਗ ਪੈਂਦਾ ਨਾ, ਜਦੋਂ ਉਸਦੇ ਵਿਹੜੇ ਜਾਣ ਲੱਗ ਪਿਆ, ਹੌਲੀ ਹੌਲੀ ਚਾਦਰ ਸਾਫ਼ ਹੋ ਜਾਣੀ ਹੈ। ਔਰ ਜਦੋਂ ਕਰਮਾਂ ਦੀ ਚਾਦਰ ਸਾਫ਼ ਹੋ ਗਈ ਤਾਂ ਫਿਰ ਤੇਰੇ ਇਸ਼ਕ ਦਾ ਵਿਹੜਾ ਮਹਿਕਣਾ ਹੈ। ਅਤੇ ਜਦੋਂ ਇਸ਼ਕ ਦਾ ਵਿਹੜਾ ਮਹਿਕਦਾ ਹੈ ਨਾ, ਫਿਰ ਉਸਦੀ ਨਜ਼ਰ ਜ਼ਰੂਰ ਤੁਹਾਡੇ 'ਤੇ ਪੈਂਦੀ ਹੈ। ਤਾਂ ਫਿਰ ਜਿਹੜੇ ਬੀਜ ਤੁਸੀਂ ਬੋ ਬੈਠੇ ਆ, ਉਹ ਤੁਹਾਨੂੰ ਚੰਗੇ ਪਾਸੇ ਨੂੰ ਲੈ ਜਾਏਗਾ, ਉੱਧਰਲੇ ਪਾਸੇ ਨੂੰ ਛੁਡਾ ਦੇਵੇਗਾ, ਉਹ ਫਿਰ ਵਾਧੇ ਨਹੀਂ ਹੈ। ਉਹ ਕਹਿੰਦੇ ਸੂਲੀ ਹੈ ਨਾ, ਜਿਹੜੀ ਸੂਲੀ ਸੀ ਉਹ ਸੂਲ ਦੇ ਵਿੱਚ ਬਦਲ ਜਾਏਗੀ, ਚੁੱਭੇਗਾ ਜ਼ਰੂਰ,
ਹੁਣ ਇੱਕ ਪਾਸੇ ਸੂਲੀ ਹੈ, ਇੱਕ ਪਾਸੇ ਸੂਲ ਹੈ। ਸੂਲੀ 'ਤੇ ਲਟਕਣ ਦੀ ਬਜਾਏ ਪੈਰ 'ਚ ਸੂਲ ਚੁੱਭੇਗਾ ਜ਼ਰੂਰ, ਪਰ ਇਹ ਵੀ ਦੇਖਣਾ ਹੈ ਕਿ ਸੂਲੀ ਤੋਂ ਬਚਾ ਲਿਆ। ਤਕਲੀਫ ਜਿਹੜੀ ਜ਼ਿਆਦਾ ਸੀ ਉਹਨੂੰ ਘਟਾ ਦਿੱਤਾ ਗਿਆ। ਔਰ ਇਹ ਗੁਰੂ ਮੁਰਸ਼ਦ ਰਹਿਬਰ ਕਰਦੇ ਹੈ ਬਾਬਾ ਜੀ। ਸਗੋਂ ਜੇ ਬੰਦਾ ਜਾ ਕੇ ਕਹਿ ਦੇਵੇ ਨਾ ਕਿ ਮਹਾਰਾਜ ਮੇਰੇ ਤੋਂ ਗੁਨਾਹ ਹੋ ਗਿਆ, ਮੈਂ ਗੁਨਾਹਗਾਰ ਹਾਂ, ਮੈਂ ਗੁਨਾਹਗਾਰ ਹਾਂ, ਮੈਨੂੰ ਬਖਸ਼ ਦੇ, ਕਹਿੰਦੇ ਬਖਸ਼ਿਆ ਜਾਂਦਾ। ਉਹ ਸੁਣਦੇ ਸੀ ਨਾ ਸਾਈਂ ਜੀ ਸੁਣਾਉਂਦੇ ਸੀ ਕਿ ਆਦਮੀ ਕਿਸੀ ਇਨਸਾਨ ਕੋ ਕਿਆ ਦੇਤਾ ਹੈ, ਇਨਸਾਨ ਕਿਸੀ ਇਨਸਾਨ ਕੋ ਕਿਆ ਦੇਤਾ ਹੈ, ਜੋ ਦੇਤਾ ਹੈ ਖੁਦਾ ਦੇਤਾ ਹੈ, ਜਬ ਵੋ ਦੇਤਾ ਹੈ ਤੋ ਢੇਰੋਂ ਕੇ ਢੇਰ ਦੇਤਾ ਹੈ, ਜਬ ਵੋ ਲੇਤਾ ਹੈ ਤੋ ਚਮੜੀ ਉਧੇੜ ਲੇਤਾ ਹੈ, ਔਰ ਤੇਰੀ ਇਸ ਅਦਾ ਪੇ ਮੈਂ ਸਦਕੇ ਮੈਂ ਵਾਰੀ, ਗੁਨਾਹਗਾਰ ਕੋ ਭਲੋਂ ਸੇ ਪਹਿਲੇ ਨਵਾਜ਼ ਦੇਤਾ ਹੈ। ਕਿਉਂਕਿ ਗੁਨਾਹਗਾਰ ਜਾ ਕੇ ਜਦੋਂ ਬੰਦਾ ਮੰਨ ਹੀ ਗਿਆ, ਉਹ ਮੇਰੇ ਵਰਗਾ ਬੰਦਾ ਜਾ ਕੇ ਕਹਿ ਹੀ ਦੇਵੇਗੇ ਮਹਾਰਾਜ ਮੈਨੂੰ ਬਖਸ਼ਣਾ ਜੀ, ਮੈਂ ਗੁਨਾਹਗਾਰ ਹਾਂ ਮੈਨੂੰ ਬਖਸ਼ ਦਿਓ, ਜਾਂ ਕੋਈ ਵੀ ਕਹਿ ਦੇ ਜਾ ਕੇ ਕਿ ਮਹਾਰਾਜ ਮੈਂ ਗੁਨਾਹਗਾਰ ਹਾਂ ਮੈਨੂੰ ਬਖਸ਼ ਦਿਓ, ਤਾਂ ਉਹ ਬੰਦਾ ਆਪਣੇ ਆਪ ਹੀ ਕਹਿ ਰਿਹਾ ਕਿ ਮੈਨੂੰ ਬਖਸ਼ ਦਿਓ। ਜਿਹੜਾ ਕਹਿੰਦਾ ਬਖਸ਼ ਦਿਓ ਉਹਨਾਂ ਨੂੰ ਅੱਗੋਂ ਉਹ ਬੋਲਦੇ ਆ ਜਾ ਬਖਸ਼ਤਾ। ਔਰ ਜਦੋਂ ਕੋਈ ਆਪਣਾ ਆਪ ਸਮਰਪਣ ਕਰ ਦਿੰਦਾ ਹੈ ਕਿਸੇ ਗੁਰੂ ਮੁਰਸ਼ਦ ਫਕੀਰ ਦੇ ਦਰ 'ਤੇ ਜਾਂ ਆਪਣੇ ਰੱਬ ਦੇ ਕੋਲ ਸਮਰਪਣ ਕਰ ਦਿੰਦਾ ਹੈ, ਤਾਂ ਫਿਰ ਉਹ ਉਸਦੀ ਸੋਚ ਵੀ ਚੰਗੇ ਪਾਸੇ ਨੂੰ ਮੋੜ ਦਿੰਦਾ ਹੈ। ਕਿਉਂਕਿ ਆਖਿਰ ਗੱਡੀ ਚਲਾਉਣ ਵਾਲਾ ਕੋਈ ਹੈ, ਹੁਣ ਬਿਨਾਂ ਡਰਾਈਵਰ ਦੇ ਗੱਡੀ ਹੈ ਜਿਹੜੀ ਉਹ ਕਿਤੇ ਨਾ ਕਿਤੇ ਜਾ ਵੱਜਣੀ ਹੈ, ਇਹ ਸਾਈਂ ਲੋਕ ਫਰਮਾਉਂਦੇ। ਪਰ ਕਹਿੰਦੇ ਜਿਸ ਗੱਡੀ ਦਾ ਡਰਾਈਵਰ ਹੋਵੇ ਨਾ, ਜਿਹਨੂੰ ਗੱਡੀ ਚਲਾਉਣੀ ਆਉਂਦੀ ਹੋਵੇ, ਉਹ ਫਿਰ ਟੋਏ ਟਿੱਬੇ ਤਾਂ ਥੋੜ੍ਹੇ ਬਹੁਤੇ ਆਉਣੇ ਹੁੰਦੇ ਆ, ਪਰ ਮੰਜ਼ਿਲ ਤੱਕ ਪਹੁੰਚਾ ਦਿੰਦੇ ਆ। ਇਹ ਫਕੀਰ ਲੋਕ ਇਨਸਾਨ ਦੀ ਸੋਚ ਹੀ ਬਦਲਦੇ ਆ। ਕਹਿੰਦੇ ਨਾ ਕਈ ਲੋਕ, ਯਾਰ ਮੈਂ ਗੁਰੂ ਘਰ ਗਿਆ ਸੀ, ਜਾਂ ਮੈਂ ਉਸ ਤਰ ਗਿਆ ਸੀ, ਜਾਂ ਮੈਂ ਜਦੋਂ ਦਾ ਪਾਠ ਕਰਨਾ ਸ਼ੁਰੂ ਕੀਤਾ, ਜਾਂ ਪੂਜਾ 'ਚ ਗਿਆ, ਜਾਂ ਇਬਾਦਤ ਕਰਨੀ ਸ਼ੁਰੂ ਕੀਤੀ, ਮੇਰੀ ਆਪਣੇ ਆਪ ਹੀ ਸੋਚ ਬਦਲ ਗਈ, ਮੇਰੇ ਅੰਦਰ ਇੱਕ ਠਹਿਰਾਵ ਆ ਗਿਆ। ਉਹ ਇਸੇ ਕਰਕੇ ਬਦਲਦਾ ਹੈ, ਕਿਉਂਕਿ ਜਦੋਂ ਸੋਚ ਬਦਲਦੀ ਹੈ ਤਾਂ ਇਨਸਾਨ ਦਾ ਧਿਆਨ ਪਾਪ ਕਰਮਾਂ ਵੱਲੋਂ ਹਟ ਕੇ ਪੁੰਨੇ ਵੱਲ ਲੱਗ ਜਾਂਦਾ ਹੈ। ਕਿਉਂਕਿ ਜਿਹਦੇ ਅੰਦਰ ਹਰ ਵਕਤ ਰੱਬ ਰੱਬ ਹੀ ਰਹਿਣਾ ਹੈ, ਉਹ ਕਹਿੰਦੇ ਭਾਵੇਂ ਕੋਈ ਐਸਾ ਪੁੰਨ ਕਰਮ ਕਰੇ ਨਾ ਕਰੇ, ਪਰ ਸਰਬੱਤ ਦਾ ਭਲਾ ਤਾਂ ਮੰਗੇ, ਉਹੀ ਸਭ ਤੋਂ ਵੱਡਾ ਪੁੰਨ ਕਰਮ ਹੈ। ਔਰ ਕਿਸੇ ਬਾਰੇ ਸੋਚਣਾ ਹੀ, ਚੰਗਾ ਸੋਚ ਲੈਣਾ, ਉਹ ਪੁੰਨ ਹੈ ਬਾਬਾ ਜੀ। ਸੋ ਸਾਰਿਆਂ ਨੂੰ ਸਲਾਮ ਹੈ। ਜੇ ਕੋਈ ਗੱਲ ਸੁਣਾਉਂਦਿਆਂ ਗਲਤੀ ਹੋ ਗਈ ਹੋਵੇ, ਮਾਫ਼ੀ ਦਾ ਹੱਕਦਾਰ। ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਾਹ ਵੜੀ ਜੀ।